ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸੰਦੀਪ ਡੇਅਰੀ ਫਾਰਮ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਅਤੇ ਬਾਈ ਭਿੰਦੇ ਕੋਲ ਆ ਚੁੱਕੇ ਹਾਂ। ਦੇਖੋ ਅੱਜ ਬਾਈ ਕੋਲ 4-5 ਦੇ ਲੈ ਕੇ ਪਸ਼ੂ ਆ, ਪਰ ਪਸ਼ੂ ਜਿਹੜੇ ਨਾ ਬਸ ਇੱਕ ਵੇਖਣ ਦੀ ਚੀਜ਼ ਆ। ਹੋਰ ਗੱਲਾਂ ਪਰ ਆ ਬੜਾ ਪਸੰਦ ਆ ਇਹ ਬੜੀ ਚੀਜ਼। ਹੋਰ ਵੀ ਬੜੀਆਂ ਵਧੀਆ ਚੀਜ਼ਾਂ ਰੱਖੀਆਂ ਨੇ, ਜਿਹੜੀਆਂ ਬਾਹਰ ਜਾਈਦੀਆਂ ਉਦਾਂ ਥੋੜਾ ਚਾਹੀਦਾ। ਆਹ ਵੀ ਠੀਕ ਆ ਸਹੀ ਸਹੀ ਗੱਲ, ਚਾਹੀਦੇ ਬਿਲਕੁਲ। ਹੋਰ ਤੁਸੀਂ ਸੁਣਾਓ, ਹੋਰ ਸੁਣਾਓ। ਬਹੁਤ ਵਧੀਆ ਮੇਲੇ ਮੁੱਲੇ ਵੇਖ ਲੈ, ਮੇਲੇ ਵੇਖ ਲੈ ਇੱਥੇ ਲਾਗੇ ਬਾਬੇ ਨਾਨਕ ਦਾ, ਬਾਬੇ ਸ੍ਰੀ ਚੰਦ ਦਾ ਮੇਲਾ ਸੀ ਤੇ ਮਾਲ ਵੀ ਵਿਕਦਾ ਵੁਕਦਾ ਹੀ ਗਿਆ ਬੜਾ ਜੀ। ਹਾਂਜੀ ਬੜਾ ਹੀ ਮਾਲ ਵਿਕਿਆ। ਰਾਤੀ ਮੱਛੀ ਇੱਕ ਵੱਡੀ ਸੀ, 80,000 ਦੀ ਵੇਚੀ ਸੀ ਇੱਕ ਦਿਨ। ਚਲੋ ਗਾਂ ਸਾਡੀ ਥੋੜੀ ਜਿਹੀ ਤਾਂ ਠਾਂ ਹੋ ਗਈ, ਵੱਡੀ ਸੀ 65,000 ਦੀ। ਨੇੜੇ ਥਾਣਾ ਥੋੜਾ ਜਿਹਾ ਲੇਵਾ ਮਈ ਘੱਟ ਤੰਗ ਵਿਖਾਉਂਦੀ ਆ। 10 ਕਿਲੋ ਠੰਡਾ ਕਰਕੇ ਦੁੱਧ ਹੋਊਗਾ ਤੇ ਖੁੱਲ ਪਰ ਇੱਕ ਰਾਂਗੇ ਭਾਜੀ ਹੋਰ ਦਿਓ। ਹਾਂਜੀ ਇਹ ਐਵੇਂ ਗਿੱਜੀ ਆ, ਹੁਣੇ ਇਹਨੂੰ ਗਾੜੀ ਮਾਸਾ ਕੋ ਚੋਕਰ ਪਾ ਕੇ ਬਚਾ ਛੱਡ ਦੋ, 1 ਸਕਿੰਟ ਤੋਂ ਪਹਿਲਾਂ ਪਸਮਦੀ ਹੈ। ਬਾ ਠੀਕ ਹੈ, ਉਹ ਜਾਈ ਐਵੇਂ ਆਪਾਂ ਪਹਿਲਾਂ ਦੱਸ ਕੇ ਦੇਣੀ ਹੈ। ਚਲੋ ਖੋਲ ਗੱਗੀ, ਖੋਲੋ ਜੀ। ਲਓ ਜੀ ਵੇਖੋ, ਕਰਾਂ ਦੇ ਛੋਟੇ ਛੋਟੇ ਰੇਟ ਲੈਣੇ ਮਈਆਂ ਦੇ, ਰੇਟ ਵੀ ਛੋਟੇ ਛੋਟੇ ਆ। ਕੱਲ ਵੀ ਸੰਗਰਾਂਦ ਸੀ ਭਾਜੀ, ਕੱਲ ਵੀ ਅਸੀਂ ਬਾਬੇ ਦੀ ਮਿਹਰ ਨਾਲ ਬੋਣੀ ਹੋਈ ਵੀ 3 ਪਸ਼ੂ ਕੱਲ ਵੇਖੇ ਤੇ 4 ਅੱਜ ਵੇਖੀਆਂ। ਮੈਂ ਪਤਾ ਨਹੀਂ ਜਾ ਰਿਹਾ ਹਾਂ ਜੀ। 10 ਕਿਲੋ ਭਾਜੀ ਦੁੱਧ ਹੋ ਮਈ ਥੱਲੇ ਪਾਣ ਕੰਨੀ ਕਰ। ਹਾਂ ਠੀਕ, ਹਾਂ ਤੇ ਚੂਣ ਜਿਵਾ ਬਹੁਤ ਜਗਾ। ਹਾਂ ਉਹ ਤੁਸੀਂ ਨਵੇਂ ਜੋ ਕੁਝ ਵੀ ਲੈ ਜਿਓ। ਹਾਂ ਸਿੱਧੀ ਲੈ ਜਿਓ, ਬਹੁਤ ਵਧੀਆ। ਪੂਰੀ ਮਈ ਹੁਣੇ ਗਈ ਬੜੀ ਚੰਗੀ। ਬਸ ਚਲੋ ਵਧੀਆ ਵਧੀਆ ਜੀ। ਕਹਿਣਾ ਨੀ ਬ੍ਰਾਂਡ। ਹਾਂਜੀ ਇਧਰ ਆਓ, ਮੱਥਾ ਬੱਲਾ ਭਾਜੀ, ਮੱਥਾ ਬੱਲਾ। ਹਾਂਜੀ ਅੱਖਾਂ ਬਿੱਲੀਆਂ, ਨਾਸ ਚਾਰੇ ਖੁਰ, ਧੁੰਨ ਬਹਾਨਾ ਦੋਵੇਂ ਪਾਸਿਓ, ਤੂਬ ਤੇ ਨਿਸ਼ਾਨ। ਝੋਟੀ ਭਾਜੀ ਕਿਸੇ ਗੱਲੋਂ ਨੀ ਖੁੱਲੀ, ਬੱਚਾ ਬੱਚਾ ਮਗਰ ਭਾਜੀ ਆ ਗਿਆ ਤਾਂ ਕੱਟਾ ਕੱਟਾ ਨੀ ਇੱਥੇ ਭਾਜੀ ਗਿਆ, ਜਿਹੜੀ ਚੀਜ਼ ਨਹੀਂ ਗਈ ਤੂੰ ਨਹੀਂ ਗਈ। ਝੋਟੀ ਭਾਜੀ ਕਿਸੇ ਗੱਲੋਂ ਨੀ ਖੁੱਲੀ, ਇਹ ਵੀ ਤੋਰੋ ਖੋਲੋ ਜੀ। ਲਓ ਜੀ ਪਿਓਰ ਨੀਲੀ ਦਾ ਵੀ, ਪਿਓਰ ਨੀਲੀ ਸੂਨ ਤੇ ਨਿਸ਼ਾਨ ਬ੍ਰਾਂਡ, ਵੇਖੋ ਗੱਡੀ ਬ੍ਰਾਂਡ ਲੈ ਚਲ ਕੇ ਨਾ ਫੋਨ ਨਾ ਆਸੇ ਆਸੇ ਕੁੜੀਏ ਝੋਟੀ ਦਾ ਕੀ ਕੈਮਰੇ ਤੋਂ। ਹਾਂਜੀ ਹਾਂਜੀ ਵੇਖੋ ਭਾਜੀ ਝੋਟੀ ਚੋਣ ਚਵਾ ਭਾਜੀ ਭੂਰ ਛਟਾ, ਕੋਈ ਨੀ ਹੋਊਗਾ ਬਸ ਦੁੱਧ ਹੋਊਗਾ ਝੋਟੀ ਥੱਲੇ 12 ਕਿਲੋ ਠੀਕ ਆ। ਹਾਂਜੀ 12 ਕਿਲੋ ਦੀ ਕੋਈ ਗਰੰਟੀ ਕਰਕੇ ਅੱਜ 8 ਦਿਨਾਂ ਬਾਅਦ ਵੀਡੀਓ ਬਣਾਈ ਆ,
ਚੱਲਣ ਦੋ ਚਲੋ ਜਾਣ ਦੋ ਇਹਨੂੰ ਕੋਈ ਕਹਿ ਦੇ ਹਿਮਾਚਲ ਦੀ ਲਿਆਉਣੀ ਜਰਸੀ ਆ ਇੱਕ ਅੱਧੀ ਆ ਪਰ ਲਿਆਉਣੀ ਲੱਭ ਕੇ ਪੰਜਾਬ ਦੀ ਰਾਤੀ 80,000 ਦੀ ਗਾਂ ਵੇਚੀ ਆ। ਅੱਛਾ ਗਾਂ ਆਖਿਆ ਆਏਗੀ ਬ੍ਰਾਂਡ ਤੋਂ ਬ੍ਰਾਂਡ। ਅੱਛਾ ਗਾਈ ਭਾਵੇਂ 1,25,000 ਦੀ ਤੇ ਡੂਢ ਦੀ ਮਿਲੇ ਉਹ ਵੀ ਸਾਨੂੰ ਵੀਰ ਫੋਨ ਕਰਨ ਤੇ ਸਾਡੇ ਕੋਲ ਇਸ ਟਾਈਮ ਦੁੱਧ ਕਿੰਨਾ ਪਈ ਦੁੱਧ ਭਾਜੀ ਅਜੇ ਗਾਂ ਇਹਨੇ ਬਣਾਉਣਾ ਵਾ ਇਹ ਬੰਦੇ ਕਿਸੇ ਨੂੰ ਬੜੀ ਮਜਬੂਰੀ ਸੀ ਜਿੱਥੋਂ ਗਾਂ ਲਈ ਆਪਦੇ ਲਾਗੋਂ ਲਈ ਆ ਕੋਈ 5-4 ਕਿਲੋਮੀਟਰ ਹੋਏ 20 ਸਿਰ ਦੁੱਧ ਹੁਣ ਵੀ ਹੈਗਾ ਵੈਡ। ਅੱਛਾ 20 ਕਿਲੋ ਹੈਗਾ ਹੋਰ ਵੀ ਪਿਓਰ ਪੰਜਾਬ ਦੀ। ਅੱਛਾ ਮਗਰ ਇਹਦੀ ਵੱਛੀ ਭਾਜੀ ਵੱਛੀ ਮਗਰ ਆ ਕੀ ਆ ਵੱਛੀ ਆ 12-13 ਦਿਨਾਂ ਦੀ ਹੈ ਸੂਈ ਆ ਲਓ ਪੂਰੀ ਵੱਡੀ ਆ ਪੂਰੀ ਵੱਡੀ ਆ ਚੋਣ ਚਵਾਈ ਕੋਈ ਇਹ ਚ ਕਮੀ ਪੇਸ਼ੀ ਨੀ ਹੈਗੀ ਮੁੱਲ ਦੇ ਭਾਜੀ ਇਹਦਾ ਭਾਵੇਂ 1,00,000 ਹੀ ਕਰਾਈ ਜਾਈਏ 85,000 ਦੀ ਵੱਛੀ ਦੇਵਾਂਗੇ 85,000 ਦੀ ਹਾਂਜੀ ਦੇਖ ਲਓ ਵੱਛੀ ਚ ਨੀ ਭਾਜੀ ਕੋਈ ਕਮੀ ਹੋਈ ਬੈਠਦਾ ਹੈਗੀ ਬਈ ਜੋ ਮਰਜ਼ੀ ਕਹੇ ਨੂੰ ਗੱਲ ਆ ਬੈਠਦਾ 1,00,000 ਦੀ ਆ ਜਿਹੜੀ ਗੱਲ ਕਹਿੰਦੇ ਹੀ ਭਾਜੀ ਗੱਲ ਤਾਂ 85,000 ਦੇ ਮਾਰ ਆਪਾਂ ਦੇਣ ਵਾਲੇ ਮੁੱਲ ਕਰਨੇ ਆ ਗਾਂ ਕੱਲ ਵੀ ਬੜੀ ਵੱਡੀ ਸੀ ਰਾਤੀ ਲਾ ਕੇ ਆਏ ਆ ਇੱਧਰ ਆਪਣੇ ਖਾਪੜ ਖੇੜੀ ਲਾ ਕੇ 80,000 ਦਿੱਤੀ ਸੀ ਇੱਕ ਹੋਰ ਸਵੇਰੇ ਵੇਚੀ ਆ ਜਿਸ ਨੂੰ ਦੇ ਦਈਏ 75,000 ਰੁਪਏ ਦੀ ਨਹੀਂ ਠੀਕ ਆ 75,000 ਦੀ ਬੈਠਦਾ ਬਸ ਠੀਕ ਆ ਫਿਰ ਹੁਣ ਐਂਡ ਆ ਹਾਂਜੀ 75,000 ਇੱਧਰੋਂ ਇੱਧਰੋਂ ਲਿਆ ਕੇ ਦੂਜਾ ਸੂਆ ਜੀ ਹਾਂਜੀ ਭਾਜੀ ਇਹ ਕੱਲ ਹਲੇ ਸੂਈ ਤੇ ਉਦੋਂ ਲਿਆਂਦੀ ਤੇ ਸ਼ਾਮੀ ਇਹਨੇ ਰਾਤ ਜੇ ਸੁੱਟੀ 10 ਵਜੇ ਉਦੋਂ ਤੇ ਚਵਾਈ ਕੀਤੀ ਇੱਕ ਸਵੇਰੇ ਕੀਤੀ ਆ। ਅੱਛਾ ਹੁਣ ਵੇਖੋ ਭਾਜੀ ਇਹ 20 ਕਿਲੋ ਚੁੰਦੀ ਆ ਪਹਿਲਾਂ ਨੇ ਜਿੱਥੋਂ ਲਈ ਆ ਨਾ
ਅਜੀ ਖਾਣੀ ਬੜਾ ਵਿਸ਼ੀ ਨੂੰ ਚੰਗਾ ਲੱਗਾ। ਨਾਲ ਹੀ ਆ ਗਏ ਉਮਰ ਦੋ ਮਹੀਆਂ ਤੇ ਦੋ ਗਾਈਆਂ ਪਰ ਪੀਸ ਚਾਰੇ ਹੱਥ ਦੇ ਹੀ ਆ, ਚਾਰੇ ਨਗ ਨੇ, ਨਗ ਤੇ ਆਪਣੇ ਮਹੀਆਂ ਛੇ ਹੀ ਗਈਆਂ ਤੇ ਮੱਝਾਂ ਫਿਰ ਵੇਗੀਆਂ। ਚਲੋ ਹਾਂਜੀ, ਆਪਣਾ ਦੂਜਾ ਮਾੜਾ ਛੱਡੋ ਚਾਹੇ ਨਾ ਛੱਡੋ, ਹਾਂਜੀ ਪਸੰਦ ਵੀ ਮਈ ਉਹ ਬੱਚਾ ਛੱਡੀਏ ਚਾਹੇ ਨਾ ਛੱਡੀਏ, ਭਾੜਾ ਲਾਈਏ ਚਾਹੇ ਨਾ ਲਾਈਏ, ਉਹ ਨੀ ਕੋਈ ਗੱਲ, ਬਿਲਕੁਲ ਆਪਾਂ ਥੋੜਾ ਜਿਹਾ ਦੱਸਤਾ ਵਾ ਉਦਾਂ ਲੋੜ ਨੀ ਹੈਗੀ ਇਹਨੂੰ, ਬੱਚਾ ਛੱਡ ਕੇ ਚੋ। 10 ਕਿਲੋ ਦੁੱਧ ਹੁਣ ਤਿਆਰ ਵਾ, ਕਿੰਨੀ ਵੱਡੀ ਮਹੀਂ ਮੁੱਲ ਕੀ ਪਾਇਆ 2 ਲੱਖ 70 ਹਜ਼ਾਰ ਤੇ ਝੋਟੀ ਜਿਹੜੀ ਆ ਤੇ ਬਾਹਲੀ ਬ੍ਰਾਂਡ ਦੀ ਆ ਤੇ ਜਿਹੜੇ ਵੀਰ ਨੇ ਲੈਣੀ ਆ ਵਾ ਤਸੱਲੀ ਕਰਕੇ ਆਪਣੀ 2 ਟਾਈਮ ਚੋ ਕੇ ਇੱਥੇ ਆਣ ਕੇ ਕੋਈ ਥਣਾ ਚ ਹੈਗੀ, ਜਿਹਨੇ ਆਨਲਾਈਨ ਮੰਗਾਉਣੀ ਆ ਆਨਲਾਈਨ ਪੇਮੈਂਟ ਪਾਉਣੀ ਪੈਣੀ ਆ ਕਿਉਂਕਿ ਸਭ ਕੁਝ ਕਿਲੋਮੀਟਰ ਤੱਕ ਪੈਸੇ ਆਪਣਾ ਘਲਾ ਦੇ ਦੀ ਆ, ਬਾਹਲੀ ਦੂਰ ਮੁੜ ਕੇ ਗੱਡੀ ਵਾਲੇ ਦੀ ਪੈਸੇ ਲਿਓ। ਬਿਲਕੁਲ ਹਾਂਜੀ, ਤੇ 2 ਟਾਈਮ ਚੋਣ 4 ਚੋਣ ਮਹੀਆਂ ਸਵੇਰੇ ਹੋਰ ਹਾਜ਼ਰ ਹੋਣੀਆਂ, ਡੇਲੀ ਮਹੀਆਂ 5-6 ਰਹਿੰਦੀਆਂ ਚੰਗੀਆਂ ਤੇ ਆਪਣੀ ਤਸੱਲੀ ਕਰਕੇ ਖਾਣ। ਨਾਮ ਮੇਰਾ ਹੈਗਾ ਪਿੰਦਾ, ਪਿੰਡ ਧਵਾਨ, ਜ਼ਿਲ੍ਹਾ ਗੁਰਦਾਸਪੁਰ, ਤਹਿਸੀਲ ਬਟਾਲਾ, ਨੇੜੇ ਵਾਲੇ ਦਾਲ ਮੰਦੇ ਤੇ ਕਿਲੇ ਦੇ ਪਿੰਡ ਜਿਹੜਾ ਨਾ, ਬੜੇ ਵੀਰ ਬਾਰ ਬਾਰ ਪੁੱਛਦੇ। ਇੱਕ ਮੇਰਾ ਵੀਰ ਨਾ ਥੋੜੀ ਜਿਹੀ ਇਹ ਬੇਨਤੀ ਆ ਵੀ ਮੈਨੂੰ ਨਾ ਦਿਹਾੜੀ ਚ 15-20 ਫੋਨ ਡੇਲੀ ਚੁੱਕਣੇ ਪੈਣ ਡੇ, ਉਹ ਜਿਹੜੀਆਂ 50-50 ਦੀਆਂ ਝੋਟੀਆਂ ਨਾ ਉਹ ਝੋਟੀਆਂ ਅੱਜ ਤੁਹਾਡਾ 2-2.5 ਮਹੀਨੇ ਪਹਿਲਾਂ ਦੀਆਂ ਪਾਈਆਂ ਨੇ। ਉਹ ਮੇਰੇ ਵੀਰ ਬਹੁਤ ਜ਼ਿਆਦਾ ਫੋਨ ਆਉਂਦਾ ਵੀਰ, ਬਾਹਲਾ ਤੰਗ ਕਰਦੇ ਆ ਵੀਰ, ਉਹ ਨਾ ਥੋੜਾ ਜਿਹਾ ਫੋਨ ਘੱਟ ਲਾਇਆ ਕਰਨ 50 ਵਾਲੀਆਂ ਦਾ, ਉਹ ਵੇਖ ਚੁੱਕੀਆਂ ਨੇ। ਸਤਿ ਸ਼੍ਰੀ ਅਕਾਲ।